ਅੱਜ ਦੇ ਸਾਥੀ ਵਿੱਚ ਅਸੀਂ ਗੱਲ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਮਜ਼ਦੂਰ ਬਣਨਾ ਪਿਆ ਸੀ। ਇਹ ਗੱਲ ਉਸ ਵੇਲੇ ਦੀ ਹੈ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀਆਂ ਵੇਲੇ ਰੋਹਿਲਖੰਡ ਪਹੁੰਚੇ ਸੀ। ਜਿਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਡੇਰਾ ਲਗਾਇਆ ਸੀ, ਉਸ ਜਗ੍ਹਾ ਤੇ ਪਸ਼ੂਆਂ ਦਾ ਬਹੁਤ ਵੱਡਾ ਵਪਾਰ ਹੁੰਦਾ ਸੀ, ਜਿੱਥੇ ਇੱਕ ਮੇਲਾ ਲੱਗਦਾ ਸੀ। ਲੋਕ ਦੂਰੋਂ ਦੂਰੋਂ ਇੱਥੇ ਪਸ਼ੂ ਖਰੀਦਣ ਤੇ ਵੇਚਣ ਲਈ ਆਉਂਦੇ ਸੀ। ਉਸ ਵੇਲੇ ਵੀ ਵਪਾਰੀਆਂ ਨੂੰ ਤੇ ਅਮੀਰਾਂ ਲੋਕਾਂ ਨੂੰ ਆਪਣੇ ਘਰੇਲੂ ਕੰਮਕਾਜ ਲਈ ਨੌਕਰਾਂ ਦੀ ਲੋੜ ਹੁੰਦੀ ਸੀ। ਇੱਥੇ ਲੋਕ ਮਜ਼ਦੂਰਾਂ ਦੀ ਤਲਾਸ਼ ਲਈ ਇਸ ਮੇਲੇ ਵਿੱਚ ਆਉਂਦੇ ਸੀ। ਇਸ ਥਾਂ ਤੇ ਪਸ਼ੂਆਂ ਦੇ ਨਾਲ ਨਾਲ ਬੰਧੂਆਂ ਮਜ਼ਦੂਰਾਂ ਨੂੰ ਵੀ ਖਰੀਦਿਆ ਤੇ ਵੇਚਿਆ ਜਾਂਦਾ ਸੀ। ਬਹੁਤ ਸਾਰੇ ਦਲਾਲ ਗਰੀਬ ਆਦਿਵਾਸੀਆਂ ਨੂੰ ਚੰਗੀ ਮਜ਼ਦੂਰੀ ਦਾ ਲਾਲਚ ਦੇ ਕੇ ਇਸ ਮੇਲੇ ਵਿੱਚ ਲੈ ਕੇ ਆਉਂਦੇ ਤੇ ਅਮੀਰ ਲੋਕਾਂ ਕੋਲੋਂ ਜ਼ਿਆਦਾ ਪੈਸੇ ਲੈ ਕੇ ਉਹਨਾਂ ਨੂੰ ਵੇਚ ਦਿੰਦੇ। ਉਸ ਪਿੰਡ ਵਿੱਚ ਬੰਧੂਆਂ ਮਜ਼ਦੂਰ ਦੇ ਨਾਲ ਚੰਗਾ ਵਿਵਹਾਰ ਨਹੀਂ ਸੀ ਹੁੰਦਾ ਤੇ ਉਹਨਾਂ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਕੰਮ ਲਿੱਤਾ ਜਾਂਦਾ ਸੀ, ਜਿਸ ਤਰ੍ਹਾਂ ਉਹ ਕੋਈ ਜਾਨਵਰ ਹੋਣ। ਹੋਰ ਤੇ ਹੋਰ ਉਹਨਾਂ ਬੰਧੂਆਂ ਮਜ਼ਦੂਰਾਂ ਵਿੱਚ ਕਈ ਔਰਤਾਂ ਵੀ ਗੁਲਾਮ ਸੀ, ਜਿਨ੍ਹਾਂ ਕੋਲੋਂ ਪਹਿਲੇ ਤੇ ਕੰਮ ਕਰਾਇਆ ਜਾਂਦਾ ਸੀ, ਫਿਰ ਉਹਨਾਂ ਨਾਲ ਗਲਤ ਕੰਮ ਕੀਤੇ ਜਾਂਦੇ ਸੀ। ਹੁਣ ਗੁਰੂ ਨਾਨਕ ਦੇਵ ਜੀ ਜਦੋਂ ਉਸ ਪਿੰਡ ਵਿੱਚ ਪਹੁੰਚੇ ਤਦ ਉਹ ਇੱਕ ਰੁੱਖ ਦੇ ਹੇਠਾਂ ਬੈਠ ਕੇ ਕੀਰਤਨ ਕਰਨ ਲੱਗੇ। ਤਦ ਇੱਕ ਔਰਤ ਉਹਨਾਂ ਕੋਲ ਭੱਜਦੀ ਹੋਈ ਆਈ ਤੇ ਕਹਿਣ ਲੱਗੀ, ਗੁਰੂ ਜੀ, ਮੇਰੀ ਕੁੜੀ ਨੂੰ ਇੱਕ ਦਲਾਲ ਚੰਗੀ ਮਜ਼ਦੂਰੀ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ ਹੈ ਤੇ ਉਹਨੇ ਕਿਸੇ ਅਮੀਰ ਆਦਮੀ ਨੂੰ ਉਹਨੂੰ ਵੇਚ ਦਿੱਤਾ ਹੈ। ਮੈਂ ਕਈ ਦਿਨਾਂ ਤੋਂ ਆਪਣੀ ਬੱਚੀ ਦੀ ਤਲਾਸ਼ ਕਰ ਰਹੀ ਹਾਂ, ਪਰ ਮੈਨੂੰ ਉਹਦਾ ਕੁਛ ਵੀ ਪਤਾ ਨਹੀਂ ਚੱਲ ਰਿਹਾ। ਉਹਨੇ ਕਿਹਾ ਕਿ ਗੁਰੂ ਜੀ, ਤੁਸੀਂ ਤਾਂ ਅੰਤਰਯਾਮੀ ਹੋ, ਕਿਰਪਾ ਕਰਕੇ ਮੇਰੀ ਮਦਦ ਕਰੋ। ਗੁਰੂ ਜੀ ਉਸ ਔਰਤ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਸੀ ਤੇ ਉਹਨਾਂ ਨੇ ਕਿਹਾ, ਇਹ ਕੰਮ ਨੂੰ ਥੋੜ੍ਹਾ ਸਮਾਂ ਲੱਗੇਗਾ, ਪਰ ਮੈਂ ਤੈਨੂੰ ਵਚਨ ਦਿੰਦਾ ਹਾਂ ਤੇਰੀ ਕੁੜੀ ਠੀਕ ਠਾਕ ਸਿਰੇ ਤੱਕ ਪਹੁੰਚ ਜਾਏਗੀ, ਕਿਉਂਕਿ ਇਸ ਕੰਮ ਨੂੰ ਰੋਕਣਾ ਵੀ ਤਾਂ ਜ਼ਰੂਰੀ ਹੈ। ਪੂਰਾ ਖਬਰ ਰੱਖ। ਗੁਰੂ ਜੀ ਦੇ ਮੂੰਹੋਂ ਇੰਨੇ ਸ਼ਬਦ ਸੁਣ ਕੇ ਉਸ ਔਰਤ ਨੂੰ ਥੋੜ੍ਹਾ ਦਿਲਾਸਾ ਮਿਲਿਆ, ਉਹ ਉੱਥੋਂ ਚਲੀ ਗਈ। ਹੁਣ ਗੁਰੂ ਜੀ ਨੇ ਸਾਰਿਆਂ ਤੋਂ ਪਹਿਲਾਂ ਆਦਿਵਾਸੀਆਂ ਵਾਲਾ ਵੇਸ ਬਣਾਇਆ ਤੇ ਦਲਾਲਾਂ ਦੇ ਵਿੱਚ ਪਹੁੰਚ ਗਏ। ਦਲਾਲਾਂ ਨੇ ਗੁਰੂ ਜੀ ਨੂੰ ਗਰੀਬ ਆਦਿਵਾਸੀ ਸਮਝਿਆ ਤੇ ਮੰਡੀ ਵਿੱਚ ਵੇਚਣ ਲਈ ਉਹਨਾਂ ਨੂੰ ਲੈ ਗਏ। ਉਸ ਮੇਲੇ ਵਿੱਚ ਗੁਰੂ ਜੀ ਦੀ ਬੋਲੀ ਲਗਾਈ ਗਈ। ਹੁਣ ਗੁਰੂ ਜੀ ਦਾ ਸਰੀਰ ਤੰਦਰੁਸਤ ਸੀ, ਜਿਹਨੂੰ ਵੇਖ ਕੇ ਚੰਗੀ ਬੋਲੀ ਲੱਗਣੀ ਸ਼ੁਰੂ ਹੋ ਗਈ। ਫਿਰ ਇੱਕ ਪਠਾਨ ਨੇ ਗੁਰੂ ਜੀ ਨੂੰ ਖਰੀਦ ਲਿਆ ਤੇ ਅੱਗੇ ਜਾ ਕੇ ਇੱਕ ਪੀਰ ਨੂੰ ਵੇਚ ਦਿੱਤਾ। ਪੀਰ ਗੁਰੂ ਜੀ ਦਾ ਤੰਦਰੁਸਤ ਸਰੀਰ ਦੇਖ ਕੇ ਬਹੁਤ ਖੁਸ਼ ਹੋਇਆ। ਉਸ ਪੀਰ ਨੇ ਗੁਰੂ ਜੀ ਕੋਲੋਂ ਗੁਲਾਮੀ ਕਰਵਾਉਣੀ ਸ਼ੁਰੂ ਕਰ ਦਿੱਤੀ। ਪੀਰ ਗੁਰੂ ਜੀ ਨੇ ਜੋ ਵੀ ਕੰਮ ਕਹਿੰਦਾ, ਗੁਰੂ ਜੀ ਜਲਦੀ ਦੇ ਨਾਲ ਉਸ ਕੰਮ ਨੂੰ ਪੂਰਾ ਕਰ ਦਿੰਦੇ। ਹੁਣ ਉਹ ਬੜਾ ਹੈਰਾਨ ਹੋਣ ਲੱਗਾ ਕਿ ਇੰਨੀ ਜਲਦੀ ਇਹ ਸਾਰੇ ਕੰਮ ਪੂਰੇ ਕਿੱਦਾਂ ਕਰ ਲੈਂਦੇ ਹੈ ਤੇ ਕੰਮ ਦੇ ਬਦਲੇ ਪੈਸੇ ਦੀ ਇੱਛਾ ਵੀ ਨਹੀਂ ਰੱਖਦੇ। ਇੱਕ ਦਿਨ ਸਵੇਰੇ ਸਵੇਰੇ ਗੁਰੂ ਨਾਨਕ ਦੇਵ ਜੀ ਗੁਰਬਾਣੀ ਕੀਰਤਨ ਕਰ ਰਹੇ ਸੀ। ਪੀਰ ਨੇ ਜਦੋਂ ਗੁਰੂ ਜੀ ਦੇ ਮੂੰਹੋਂ ਇੰਨੀ ਸੋਹਣੀ ਗੁਰਬਾਣੀ ਸੁਣੀ ਤੇ ਉਹ ਬੜਾ ਹੈਰਾਨ ਤੇ ਪ੍ਰਭਾਵਿਤ ਹੋਇਆ। ਹੁਣ ਉਹ ਉਸ ਥਾਂ ਤੇ ਜਾ ਕੇ ਬੈਠ ਗਿਆ ਤੇ ਗੁਰਬਾਣੀ ਸੁਣਨ ਲੱਗਾ। ਜਦ ਕੀਰਤਨ ਖਤਮ ਹੋਇਆ ਤੇ ਉਸ ਪੀਰ ਨੇ ਗੁਰੂ ਜੀ ਵੱਲ ਬੜੇ ਧਿਆਨ ਨਾਲ ਵੇਖਿਆ। ਹੁਣ ਗੁਰੂ ਜੀ ਦੇ ਚਿਹਰੇ ਦੀ ਚਮਕ ਦੇਖ ਕੇ ਉਹ ਸਮਝ ਗਿਆ ਕਿ ਇਹ ਕੋਈ ਸਧਾਰਨ ਬੰਦਾ ਨਹੀਂ ਹੈ। ਉਹਨੇ ਗੁਰੂ ਜੀ ਕੋਲੋਂ ਪੁੱਛ ਹੀ ਲਿਆ ਕਿ ਤੁਸੀਂ ਕੌਣ ਹੋ, ਤੁਸੀਂ ਕਿਸ ਤਰ੍ਹਾਂ ਇਸ ਗੁਲਾਮੀ ਵਿੱਚ ਪੈ ਗਏ। ਤੇ ਗੁਰੂ ਜੀ ਨੇ ਕਿਹਾ, ਤੁਸੀਂ ਪਹਿਚਾਨਣ ਦੀ ਕੋਸ਼ਿਸ਼ ਕਰੋ। ਪੀਰ ਸੋਚਣ ਲੱਗਾ ਤੇ ਬੋਲਿਆ, ਮੈਂ ਨਾਨਕ ਨਾਂ ਦੇ ਫਕੀਰ ਦੀ ਬੜੀ ਤਾਰੀਫ ਸੁਣੀ ਹੈ, ਜਿਸ ਨੂੰ ਲੋਕੀ ਨਾਨਕ ਨਿਰੰਕਾਰੀ ਨਾਂ ਦੇ ਵੀ ਜਾਣਦੇ ਹੈ, ਕਿਤੇ ਤੁਸੀਂ ਉਹੀ ਤਾਂ ਨਹੀਂ? ਗੁਰੂ ਜੀ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ, ਠੀਕ ਪਹਿਚਾਨਿਆ। ਪੀਰ ਨੇ ਹੁਣ ਆਪਣੇ ਦੋਵੇਂ ਹੱਥ ਜੋੜੇ ਤੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਪੁੱਛਿਆ, ਪੀਰਾਂ ਦੇ ਪੀਰ, ਤੁਸੀਂ ਗੁਲਾਮੀ ਕਿਉਂ ਕਰ ਰਹੇ? ਪਰ ਗੁਰੂ ਜੀ ਨੇ ਕਿਹਾ, ਇਸ ਇਲਾਕੇ ਵਿੱਚ ਗਰੀਬਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਉਹਨਾਂ ਦੇ ਨਾਲ ਧੋਖਾ ਕੀਤਾ ਜਾਂਦਾ ਹੈ। ਮੈਂ ਚਾਹ ਰਿਹਾ ਹਾਂ ਕਿ ਇਸ ਪਾਪ ਵਾਲੇ ਧੰਦੇ ਨੂੰ ਬੰਦ ਕੀਤਾ ਜਾਵੇ, ਕਿਉਂਕਿ ਗੁਲਾਮ ਬਣਾਉਣਾ ਜਾਂ ਕਿਸੇ ਨੂੰ ਗੁਲਾਮ ਸਮਝਣਾ ਦੋਵੇਂ ਹੀ ਪਾਪ ਹੈ ਤੇ ਅਸੀਂ ਇਹਨਾਂ ਬੁਰਾਈਆਂ ਨੂੰ ਹਟਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਜੀ ਦੇ ਮੂੰਹੋਂ ਇੰਨੇ ਸ਼ਬਦ ਸੁਣ ਕੇ ਪੀਰ ਦੀ ਅੱਖਾਂ ਖੁੱਲ ਗਈਆਂ ਤੇ ਹੁਣ ਉਹਨਾਂ ਦੇ ਚਰਨਾਂ ਵਿੱਚ ਟਿਕ ਗਿਆ ਤੇ ਮਾਫ਼ੀ ਮੰਗਣ ਲੱਗਾ। ਹੁਣ ਪੀਰ ਨੇ ਆਪਣੇ ਨਾਲ ਮਿਲੇ ਹੋਏ ਸਾਰੇ ਪਠਾਨਾਂ ਨੂੰ ਉੱਥੇ ਬੁਲਾਇਆ ਤੇ ਨੇਕ ਰਾਹ ਤੇ ਚੱਲਣ ਦਾ ਉਪਦੇਸ਼ ਗੁਰੂ ਜੀ ਕੋਲ ਦਵਾਇਆ ਕਿ ਕੋਈ ਵੀ ਇਨਸਾਨ ਦੂਜੇ ਇਨਸਾਨ ਨੂੰ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ, ਉਹਨਾਂ ਕੋਲੋਂ ਜਾਨਵਰ ਵਰਗਾ ਕੰਮ ਵੀ ਨਹੀਂ ਕਰਾ ਸਕਦਾ, ਕਿਉਂਕਿ ਇਹ ਕੰਮ ਪਰਮਾਤਮਾ ਤੋਂ ਦੂਰ ਕਰਦੇ ਹੈ। ਪਠਾਨ ਨੇ ਗੁਰੂ ਜੀ ਦੇ ਸਾਰੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਬੰਦੀ ਬਣਾਏ ਹੋਏ ਸਾਰੇ ਆਦਿਵਾਸੀਆਂ ਨੂੰ ਤੇ ਔਰਤਾਂ ਨੂੰ ਛੱਡ ਦਿੱਤਾ, ਜਿਸ ਵਿੱਚ ਉਸ ਔਰਤ ਦੀ ਬੱਚੀ ਵੀ ਸੀ। ਜਦੋਂ ਬੱਚੀ ਦੀ ਮਾਂ ਨੇ ਆਪਣੀ ਬੱਚੀ ਨੂੰ ਠੀਕ ਠਾਕ ਦੇਖਿਆ ਤੇ ਉਹ ਬਹੁਤ ਖੁਸ਼ ਹੋਈ ਤੇ ਉਹਨੇ ਗੁਰੂ ਜੀ ਦਾ ਧੰਨਵਾਦ ਕੀਤਾ। ਸਾਨੂੰ ਇਹ ਸਾਖੀ ਇਹ ਸਿੱਖਿਆ ਦਿੰਦੀ ਹੈ ਕਿ ਕਿਸੇ ਨੂੰ ਵੀ ਤੁਸੀਂ ਬੰਧੂਆ ਮਜ਼ਦੂਰ ਨਹੀਂ ਬਣਾ ਸਕਦੇ। ਕਿਸੇ ਉੱਤੇ ਵੀ ਤੁਹਾਡਾ ਕੋਈ ਹੱਕ ਨਹੀਂ ਹੈ ਕਿ ਤੁਸੀਂ ਉਹਦੇ ਕੋਲ ਜ਼ਬਰਦਸਤੀ ਉਹਦੀ ਹਿੰਮਤ ਤੋਂ ਵੀ ਜ਼ਿਆਦਾ ਕੰਮ ਕਰਵਾਓ, ਇਹ ਦੋਵੇਂ ਹੀ ਪਾਪ ਹੈ। ਤੁਹਾਨੂੰ ਇਹ ਜਾਣਕਾਰੀ ਕਿੱਥੇ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਚੰਗੀ ਲੱਗੀ ਹੈ ਤੇ ਇਹਨੂੰ ਹੋਰ ਲੋਕਾਂ ਨਾਲ ਵੀ ਸਾਂਝਾ ਕਰੋ। ਸਤਨਾਮ ਸ਼੍ਰੀ ਵਾਹਿਗੁਰੂ।